ਪੰਜਾਬ ਦੇ ਵਿੱਚ PCMS ਡਾਕਟਰਸ ਐਸੋਸੀਏਸ਼ਨ ਦੇ ਵੱਲੋਂ 3 ਦਿਨ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਪਹਿਲਾਂ 8 ਵਜੇ ਤੋਂ ਲੈ ਕੇ 11 ਵਜੇ ਤੱਕ OPD ਸੇਵਾਵਾਂ ਬੰਦ ਰੱਖੀਆਂ ਜਾਣਗੀਆਂ ਅਤੇ ਉਸ ਤੋਂ ਬਾਅਦ ਜੇਕਰ ਡਾਕਟਰਸ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਤਾਂ ਜਿਹੜੀ ਹੜਤਾਲ ਹੈ ਅੱਗੇ ਵੀ ਜਾਰੀ ਰਹਿ ਸਕਦੀ ਹੈ। ਮੈਂ ਇਸ ਵੇਲੇ ਪਟਿਆਲਾ ਦੇ ਵੱਡੇ ਹਸਪਤਾਲ ਮਾਤਾ ਕੌਸ਼ਲਿਆ ਦੇ ਵਿੱਚ ਮੌਜੂਦ ਹਾਂ, ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਵੱਖ ਵੱਖ ਜਿਹੜੇ ਵਿਭਾਗ ਨੇ, ਚਾਹੇ ਬੱਚਿਆਂ ਦਾ ਹੋਵੇ ਚਾਹੇ ਹੱਡੀਆਂ ਦਾ ਹੋਵੇ, ਉੱਥੇ ਡਾਕਟਰ ਦੇ ਵੱਲੋਂ ਤਾਲੇ ਲਗਾ ਕੇ ਹੜਤਾਲ ਕਰ ਦਿੱਤੀ ਗਈ ਹੈ। ਅਤੇ ਦੂਜੇ ਪਾਸੇ ਜਿਹੜੇ ਡਾਕਟਰਸ ਨੇ ਉਹਨਾਂ ਦੀ ਹੜਤਾਲ ਹੈ ਅਤੇ ਉਹਨਾਂ ਦੇ ਵੱਲੋਂ ਅਗਲੀ ਰਣਨੀਤੀ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ। ਮੇਰੇ ਨਾਲ ਡਾਕਟਰ ਸੁਮੀਤ ਸਿੰਘ ਮੌਜੂਦ ਨੇ, PCMS ਜਿਹੜੀ ਐਸੋਸੀਏਸ਼ਨ ਹੈ ਉਹਦੇ ਪ੍ਰਧਾਨ ਨੇ, ਉਹਨਾਂ ਨਾਲ ਵੀ ਡਾਕਟਰ ਸਾਹਿਬ, ਹਾਂ ਉਹਨਾਂ ਨਾਲ ਵੀ ਗੱਲ ਕਰ ਲਵਾਂਗੇ ਕਿ ਹੜਤਾਲ ਦੀ ਨੌਬਤ ਕਿਉਂ ਆਈ। ਸੁਮੀਤ ਜੀ, ਪਹਿਲਾਂ 3 ਘੰਟੇ ਦੀ ਹੜਤਾਲ ਹੈ, ਹੜਤਾਲ ਦੀ ਨੌਬਤ ਕਿਉਂ ਆਈ ਹੈ? ਮਜਬੂਰੀ ਚਾਹੀਏ ਜੀ, ਅਸੀਂ ਨਹੀਂ ਚਾਹੁੰਦੇ ਹੜਤਾਲ ਕਰਨਾ, ਕੋਈ ਵੀ ਡਾਕਟਰ ਨਹੀਂ ਚਾਹੁੰਦਾ। ਸਾਡੇ ਡਾਕਟਰ ਇੱਥੇ ਖੜ੍ਹੇ ਨੇ, ਮਰੀਜ਼ਾਂ ਨਾਲ ਗੱਲਬਾਤ ਕਰ ਰਹੇ ਨੇ, ਆਪਣੀਆਂ ਮੰਗਾਂ ਦੱਸ ਰਹੇ ਨੇ ਉਹਨਾਂ ਨੂੰ, ਮਰੀਜ਼ ਸਾਥ ਦੇ ਰਹੇ ਨੇ, ਮਰੀਜ਼ ਕਹਿ ਰਹੇ ਨੇ ਜਾਇਜ਼ ਗੱਲ ਹੈ ਤੁਹਾਡੀ, ਅਤੇ ਅਸੀਂ ਸਾਰੇ ਮਰੀਜ਼ ਦੇਖ ਕੇ ਜਾਵਾਂਗੇ, ਕੋਈ ਅਜਿਹਾ ਨਹੀਂ ਛੱਡਾਂਗੇ ਜਿਹੜਾ ਪਿੱਛੇ ਦਿੱਕਤ ਆਵੇ, ਜਿਸ ਨੂੰ 11 ਵਜੇ ਤੋਂ ਸਾਰੀ OPD ਦੇਖ ਕੇ ਜਾਵਾਂਗੇ। ਸਰ, ਤਰੱਕੀਆਂ ਅਤੇ ਸੁਰੱਖਿਆ ਮੇਨ ਦੋ ਮੰਗਾਂ ਨੇ? ਦੇਖੋ, ਮੰਗਾਂ 4 ਪ੍ਰਮੁੱਖ ਰੱਖੀਆਂ ਸੀ ਸਰਕਾਰ ਅੱਗੇ, ਏਰੀਅਰ ਬਕਾਇਆ ਵੀ ਹੈਗੇ ਨੇ, ਲੇਕਿਨ ਇਹ ਦੋ ਮੰਗਾਂ ਤਾਂ ਇਹ ਅਸੀਂ ਪਿੱਛੇ ਨਹੀਂ ਹਟ ਸਕਦੇ, ਮਤਲਬ ਬਾਕੀ ਸਮਾਂ ਮੰਗ ਲਏ ਸਰਕਾਰ ਚਾਹੇ ਅਸੀਂ, ਲੇਕਿਨ ਇਹ ਦੋ ਮੰਗਾਂ ਹੋਣੇ ਜ਼ਰੂਰੀ ਹੈ, ਕਿਉਂਕਿ ਇਸ ਤੋਂ ਬਿਨਾਂ ਗੁਜ਼ਾਰਾ ਨਹੀਂ ਹੈਗਾ। ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਸੁਰੱਖਿਆ ਸੰਬੰਧੀ ਘਾਟ ਕਾਰਨ ਰੋਜ਼ ਘਟਨਾਵਾਂ ਹੋ ਰਹੀਆਂ, ਕੱਲ੍ਹ ਮੋਹਾਲੀ ਜ਼ਿਲ੍ਹੇ 'ਚ CSC ਢਕੋਲੀ ਵਿਖੇ ਦੁਰਘਟਨਾ ਹੋਈ, ਡਿਊਟੀ ਡਾਕਟਰ ਨੂੰ, ਲੇਡੀ ਡਾਕਟਰ ਨੂੰ ਧੱਕਾ ਦੇ ਕੇ ਭੱਜੇ ਬੰਦੇ, ਜਿਹੜੇ ਕਿ ਇੱਕ ਆਪ ਗਰਭਵਤੀ ਸੀਗੀ, 8 ਮਹੀਨੇ ਦੀ ਗਰਭਵਤੀ ਸੀਗੀ, ਅਜਿਹੇ 'ਚ ਉਹਦਾ ਨੁਕਸਾਨ ਹੋ ਜਾਵੇ, ਕੌਣ ਜ਼ਿੰਮੇਵਾਰ ਹੈ? ਇੱਥੇ ਸਾਡੇ CSC ਮਾਡਲ ਟਾਊਨ 'ਚ ਜਿਹੜੇ ਕਿ ਪੇਸ਼ੈਂਟ ਹੈ, ਜਿਹੜੇ ਨਸ਼ੇ ਦੀ ਆਦਤ ਕਾਰਨ ਓਟ ਦੇ ਕਲੀਨਿਕ 'ਤੇ ਦਵਾਈ ਲੈਣ ਆਉਂਦਾ, ਉਹਨੂੰ ਦਵਾਈ ਇਕੱਠੀ ਮੰਗਦਾ ਸੀਗਾ, ਡਾਕਟਰ ਨੇ ਦੱਸਿਆ ਕਿ ਰੂਲ ਮੁਤਾਬਿਕ ਨਹੀਂ ਦੇ ਸਕਦੇ, ਉਹਦੀ ਗੱਡੀ ਤੋੜ ਗਿਆ। ਸੋ ਹੁਣ ਇਹ ਅਜਿਹੇ ਨੁਕਸਾਨ ਨੂੰ ਅਸੀਂ ਆਪ ਦੇਖਾਂਗੇ ਕਿ ਸਿਕਿਉਰਿਟੀ ਦੇ ਪ੍ਰਬੰਧ ਸਾਡੇ ਨਹੀਂ ਹੋਣੇ ਚਾਹੀਦੇ। ਡਾਕਟਰ ਸੁਮੀਤ ਨੇ, PCMS ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਨੇ, ਉਹਨਾਂ ਦੇ ਵੱਲੋਂ ਸੰਖੇਪ 'ਚ ਆਪਣੀਆਂ ਜਿਹੜੀਆਂ ਮੰਗਾਂ ਨੇ ਦੱਸਿਆ ਗਿਆ। ਦੂਜੇ ਪਾਸੇ ਤੁਹਾਨੂੰ ਦਿਖਾ ਦਈਏ ਕਿ ਜਿਹੜੇ ਡਾਕਟਰ ਸਾਹਿਬਾਨ ਨੇ ਵੱਖ ਵੱਖ ਸ਼੍ਰੇਣੀ ਦੇ, ਉਹਨਾਂ ਦੇ ਵੱਲੋਂ ਇੱਕ ਪੈਂਫਲੈਟ ਹੈ ਜਿਹੜਾ ਉਹ ਵੀ ਮਰੀਜ਼ਾਂ ਨੂੰ ਵੰਡਿਆ ਜਾ ਰਿਹਾ, ਤਾਂ ਕਿ ਮਰੀਜ਼ਾਂ ਨੂੰ ਵੀ ਪਤਾ ਲੱਗੇ ਕਿ ਡਾਕਟਰਾਂ ਦੀ ਜਿਹੜੀ ਹੜਤਾਲ ਹੈ ਉਹ ਬਿਲਕੁਲ ਜਾਇਜ਼ ਹੈ। ਇਹ 'ਚ ਪੂਰੀਆਂ ਮੰਗਾਂ ਦੇ ਬਾਰੇ ਡਾਕਟਰ ਸਾਹਿਬਾਨ ਦੇ ਵੱਲੋਂ ਲਿਖਿਆ ਗਿਆ। ਦੂਜੇ ਪਾਸੇ ਤੁਹਾਨੂੰ ਹਾਲਾਤ ਦਿਖਾ ਦਿੰਦੇ ਹਾਂ ਹਸਪਤਾਲ ਦੇ। ਹਸਪਤਾਲ ਦੇ ਵਿੱਚ ਲਗਾਤਾਰ ਜਿਹੜੇ ਮਰੀਜ਼ ਨੇ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਦੂਰ ਦੂਰ ਤੋਂ ਮਰੀਜ਼ ਆਏ ਨੇ, ਤੁਸੀਂ ਦੇਖੋ ਕਿ ਤਾਂਤਾ ਲੱਗਿਆ ਪਿਆ, ਪਿੰਡਾਂ ਤੋਂ ਆਏ ਨੇ, ਡਾਕਟਰ ਨਹੀਂ ਮਿਲ ਰਹੇ ਅਤੇ ਇਸੇ ਕਰਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਮਾਤਾ ਜੀ, ਕਿੱਥੋਂ ਆਏ ਸੀ ਤੁਸੀਂ? ਮੈਂ ਮਹਿਮਦਪੁਰ ਤੋਂ। ਕਾਹਦੀ ਦਵਾਈ ਲੈਣ ਆਏ ਸੀ? ਅੱਖ ਦਿਖਾਉਣਾ ਹੈ। ਅੱਖਾਂ ਦੀ? ਡਾਕਟਰ ਮਿਲੇ ਨੇ? ਨਹੀਂ। ਪਰੇਸ਼ਾਨੀ ਹੋ ਰਹੀ ਹੋਊਗੀ? ਹਾਂਜੀ। ਤੁਸੀਂ ਦੇਖੋ ਕਿ ਇਹ ਬਜ਼ੁਰਗ ਮਾਤਾ ਆਏ ਸੀ ਬੱਚੇ ਦੇ ਨਾਲ ਅੱਖਾਂ ਦਾ ਇਲਾਜ ਕਰਾਉਣ ਦੇ ਲਈ, ਪਰ ਡਾਕਟਰ ਨਾ ਹੋਣ ਕਰਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹੋਰ ਮਰੀਜ਼ ਵੀ ਨੇ, ਉਹਨਾਂ ਨਾਲ ਵੀ ਅਸੀਂ ਗੱਲ ਕਰ ਲਵਾਂਗੇ। ਕਿੱਥੋਂ ਆਇਓ ਜੀ ਤੁਸੀਂ? ਬੋਲਿਆ ਗਏ ਜੀ। ਕਿੰਨੇ ਵਜੇ ਚੱਲੇ ਸੀ ਅਤੇ ਉਰੇ ਆ ਕੇ ਕੀ ਪਤਾ ਲੱਗਿਆ? 5 ਵਜੇ ਚੱਲੇ ਸੀ ਜੀ, ਇੱਥੇ 8 ਵਜੇ ਆਣ ਕੇ ਪਤਾ ਲੱਗਾ ਵੀ ਸਕਰਾਈਟ ਹੈ ਜੀ। ਹਾਂ, ਜਦੋਂ ਗੇਟ ਬੰਦ ਸੀ, ਗੇਟ ਅੱਗੇ ਆਏ, ਕਹਿੰਦੇ ਸਕਰਾਈਟ ਹੈ। ਹੁਣ ਕੋਈ ਕਹਿੰਦਾ 2 ਦਿਨ ਦੀ ਹੈ, ਕੋਈ ਕਹਿੰਦਾ 11 ਵਜੇ ਤੀਕਰ ਦੀ, ਹੁਣ ਕੁਦਰਤੀ ਜਾਣ ਦੀ ਕਿਹੜੀ ਹੈ। ਬਹੁਤ ਜ਼ਿਆਦਾ ਪਰੇਸ਼ਾਨੀ ਹੈ ਜੀ, ਬਹੁਤ ਜ਼ਿਆਦਾ ਪਰੇਸ਼ਾਨੀ। ਆਹ ਦੇਖੋ, ਜਨਤਾ ਬਾਹਰ ਲੱਗੀ ਫਿਰਦੀ ਹੈ, ਕਿੰਨੀ ਕੁ ਜਨਤਾ ਵਿਚਾਰੀ ਪਰੇਸ਼ਾਨ ਹੋ ਰਹੀ ਹੈ ਜੀ, ਅਤੇ ਬਹੁਤ ਜ਼ਿਆਦਾ ਔਖਾ ਹੈ ਜੀ। ਅਤੇ ਅੱਕ ਕੇ ਲੋਕ ਪ੍ਰਾਈਵੇਟ ਹੀ ਜਾਣਗੇ, ਕੀ ਕਰਨਗੇ ਜੀ। ਤੁਸੀਂ ਦੇਖੋ ਕਿ ਜਿਹੜੇ ਡਾਕਟਰ ਨੇ ਉਹਨਾਂ ਦੀ ਹੜਤਾਲ ਦਾ ਜਿਹੜਾ ਖਮਿਆਜ਼ਾ ਹੈਗਾ, ਸਿਰਫ ਅਤੇ ਸਿਰਫ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ। ਪਿੱਛੇ ਤੱਕ ਜਿੰਨੇ ਤੁਹਾਨੂੰ ਹਾਲਾਤ ਦਿਖਾ ਦਈਏ ਅਤੇ ਇੱਧਰ ਵੀ ਦਿਖਾ ਦਈਏ, ਦੇਖੋ ਬਜ਼ੁਰਗ ਬੈਠੇ ਨੇ, ਬੱਚੇ ਬੈਠੇ ਨੇਗੇ, ਉਹਨਾਂ ਨੂੰ ਵੀ ਦਵਾਈਆਂ ਨਹੀਂ ਮਿਲੀਆਂ, ਅਤੇ ਦੂਰ ਦੂਰ ਤੱਕ ਜਿੱਥੇ ਤੱਕ ਅਸੀਂ
ਸਾਡਾ ਕੈਮਰੇ ਦੀ ਰੇਂਜ ਗਈ ਹੈ, ਉੱਥੇ ਤੱਕ ਵੀ ਅਸੀਂ ਇਹੀ ਦੇਖਿਆ ਕਿ ਜਿਹੜੇ ਮਰੀਜ਼ ਨੇ ਉਹਨਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਬੇਸ਼ੱਕ ਇਹ ਹੜਤਾਲ 3 ਘੰਟੇ ਦੀ ਹੈ, 3 ਦਿਨ ਦੇ ਲਈ 9, 10 ਅਤੇ 11 ਸਤੰਬਰ ਦੀ, ਪਰ ਜੇਕਰ ਡਾਕਟਰਾਂ ਨੇ ਕਿਹਾ ਕਿ ਸਾਡੀਆਂ ਮੰਗਾਂ ਨੂੰ ਨਹੀਂ ਮੰਨਿਆ ਗਿਆ ਤਾਂ ਜਿਹੜੀ ਹੜਤਾਲ ਹੈ ਅਨਿਸ਼ਚਿਤਕਾਲੀਨ ਸਮੇਂ ਦੇ ਲਈ ਹੋ ਜਾਊਗੀ। ਪਟਿਆਲਾ ਦੇ ਮਾਤਾ ਕੌਸ਼ਲਿਆ ਹੌਸਪੀਟਲ ਤੋਂ ਮਨੋਜ ਸ਼ਰਮਾ, ਨਿਊਜ਼ 18 ਪੰਜਾਬ।